ਵੱਡੀ ਖਬਰ ਜੋ ਕਿ ਲੁਧਿਆਣੇ ਤੋਂ ਸਾਹਮਣੇ ਆਈ ਹੈ। ਲੁਧਿਆਣੇ ਦੇ ACP ਸ਼੍ਰੀ ਅਨਿਲ ਕੋਹਲੀ ਜੀ ਜੋ ਕਿ ਪਿਛਲੇ ਦਿਨ ਅਪੋਲੋ ਹਸਪਤਾਲ 'ਚ ਐਡਮਿਟ ਸਨ, ਉਹਨਾਂ ਦਾ ਕਰੋਨਾ ਦਾ ਜੋ ਇਲਾਜ ਚੱਲ ਰਿਹਾ ਸੀਗਾ ਕਰੋਨਾ ਪੋਜ਼ਿਟਿਵ ਸੀਗਾ, ਹੁਣੇ ਹੁਣੇ ਜੋ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹੈ। ਸ਼੍ਰੀ ਅਨਿਲ ਕੋਹਲੀ ਜੀ ਤੋਂ ਬਾਅਦ ਉਹਨਾਂ ਦੇ ਗਨਮੈਨ ਅਤੇ ਉਹਨਾਂ ਦੇ SHO ਅਤੇ ਉਹਨਾਂ ਦੀ ਧਰਮਪਤਨੀ ਨੂੰ ਵੀ ਕਰੋਨਾ ਪੋਜ਼ਿਟਿਵ ਹੋਇਆ ਸੀ ਜੋ ਕਿ ਹਸਪਤਾਲ ਵਿੱਚ ਜਿਹੜੇ ਇਲਾਜ ਹਨ। ਪਰ ਫਿਲਹਾਲ ਦੇ ਲਈ ਇਹਨਾਂ ਲੁਧਿਆਣੇ ਦੇ ACP ਸ਼੍ਰੀ ਅਨਿਲ ਕੋਹਲੀ ਜੋ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਸਨ ਉਹਨਾਂ ਦੀ ਮੌਤ ਹੋ ਗਈ ਹੈ। ਅਪੋਲੋ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪੰਜਾਬ ਦੀ ਇਹ 16ਵੀਂ ਮੌਤ ਹੈ।